ਮੇਰੇ ਮਾਜਰ ਨੂੰ ਪਤਾ ਮੇਰੀ ਗੱਲ ਕਿਉਂ ਮੈਨੂੰ ਆਉਂਦੀ ਆਦਤ ਕਦੀ ਉਹਦੇ ਕੋਲ ਮੈਂ ਹਲੇ ਪੁੱਛ ਕੇ ਨਹੀਂ ਤੁਰੀ ਕਿਉਂਕਿ ਮੇਰਾ ਜਿਉਂਦਾ ਰਹੇ ਮਹੀਨੇ ਮੇਰੇ ਸਿਰ ਤੇ ਹੈ ਨਾ ਪੁੱਛਾਂ ਤੇ ਮੈਂ ਉਹਦੇ ਕੋਲ ਪੁੱਛਾਂ ਮੈਂ ਕਿ ਉਹਦੇ ਕੋਲ ਮੈਂ ਕਿਤੇ ਲੈ ਕੇ ਸ਼ਾਦੀ ਵਿਆਹ ਹੋਵੇ ਨਾ ਮੈਨੂੰ ਇਹ ਨਹੀਂ ਕਹਿੰਦੀ ਮੈਂ ਜਾਵਾਂ ਕਿ ਨਾ ਮੈਂ ਨਹੀਂ ਮੈਨੂੰ ਇੰਨਾ ਖਰਚਾ ਦੇ ਜਿੰਨਾ ਉਹਦੇ ਕੋਲ ਹੁੰਦਾ ਹੈ ਦੇ ਦਿੰਦਾ ਬਣਾ ਕੇ ਵਰਨਾ ਮੈਂ ਉਹਦੇ ਕੋਲ ਇਹ ਨਹੀਂ ਪੁੱਛਦੀ ਭਾਈ ਜਣਾ ਹੋ ਗਿਆ ਵਾਹ ਕੀ ਤੁਸੀਂ ਪੋਸਟ ਲੈ ਕੇ ਆਏ ਹੋ ਪਲੇਖਾ ਹੈ ਬੱਚੇ ਅੱਗੇ ਨਹਾਤੇ ਵੀ ਬਥੇਰਾ ਨੀ ਪਰ ਫਿਰ ਵੀ ਮਾਸ਼ਾਅੱਲਾ ਨਹੀਂ ਲੱਗਾ ਤੇ ਉਹ ਨਾ ਗੋਸ਼ਤ ਉਸ ਵਾਰ ਨਾ ਉਹ ਦੇਣ ਨਹੀਂ ਸਨ ਮੈਂ ਕਿਹਾ ਜਾਵਾਂ ਤੁਸੀਂ ਇੱਕ ਛਾਪਾ ਲੈ ਪਿਛਲੀ ਵਾਰ ਵੀ ਸ਼ਹਿਰ ਗਏ ਸਿਲੰਡਰ ਕਰਾਉਣ ਆਉਂਦੇ ਹੱਚ ਕੁਛ ਏਡਾ ਖਾਤਾ ਇਹ ਕੀ ਹੋ ਗਿਆ ਅੰਦਰ ਮੈਂ ਗੱਡੀ ਖਿਲਾਰ ਕੇ ਹੋਰ ਕੀ ਕਰਨ ਡਿਆ ਕਿ ਦਰਵਾਜ਼ੇ ਕੇ ਦਿਸ਼ ਗਏ ਹਨ ਮੰਡਾ ਫਿਰ ਮੈਂ ਆਉਂਦੇ ਬਜ਼ੁਰਗ ਤੁਸੀਂ ਗੋਸ਼ਤ ਲਿਆ ਮੈਂ ਕੀ ਲੈਣਾ ਸੀ ਗੋਸ਼ਤ ਅੱਛਾ ਇਹ ਠਹਿਰੋ ਫਿਰ ਮੈਂ ਤੁਹਾਨੂੰ ਇੱਥੇ ਲਿਆ ਦਿੰਦਾ ਆਉਂਦੇ ਨੇ ਮੈਨੂੰ ਆ ਕੇ ਦੇ ਗਿਆ ਵੀ ਤੇ ਫਿਰ ਮੈਂ ਕੀ ਲੈਣਾ ਮੈਂ ਨਹੀਂ ਲੈਣਾ ਵਰਨਾ ਤੈਨੂੰ ਪਤਾ ਮੈਂ ਗੋਸ਼ਤ ਲਿਆਉਂਦਾ ਅੱਜ ਦੇਰ ਲੈ ਕੱਲ੍ਹ ਕਸਾਈਆਂ ਨਾ ਗਏ ਹਨ ਮੈਂ ਕਿਹਾ ਗੋਸ਼ਤ ਲੈ ਕੇ ਆਉਣਾ ਗਈ ਹੈ ਮੈਂ ਉਹਦੇ ਨਾਲ ਕਿਰਾਇਆ ਵੀ ਤਾਂ ਕਿ ਮੈਂ ਗੋਸ਼ਤ ਲਿਆਉਣਾ ਤੇ ਤੁਹਾਡੇ ਸਸੁਰਾਲ ਵਾਲੇ ਗੋਸ਼ਤ ਆਪ ਹੀ ਕਰਦੇ ਨੇ ਅਸੀਂ ਆਹੋ ਸਾਰੇ ਭਰਾ ਆਪ ਹੀ ਕਰਦੇ ਨੇ ਅੱਛਾ ਜੀ ਤੇ ਉਧਰੋਂ ਛੋਟਾ ਗੋਭੂ ਤੇ ਇੱਕ ਮੀਰ ਜਿਹੜਾ ਸੈਣੀ ਦਾ ਸਹੁਰਾ ਨੀ ਤੇਰਾ ਵੀ ਭਰਾ ਪਾ ਕੁਰਬਾਨੀ ਅਸਲ ਇਹ ਹੁੰਦੀ ਹੈ ਨਾ ਜੀਵਾਂ ਵੀ ਪਹਿਲਾਂ ਕੀਤੀ ਹਨ ਅੱਛਾ ਤੇ ਭਾਜੀ ਤੇ ਸਾਡੇ ਘਰ ਗੋਸ਼ਤ ਆ ਗਿਆ ਨਹੀਂ ਤੇ ਐਤਕੀ ਲੋਕਾਂ ਗੋਸ਼ਤ ਘੱਟ ਕੀਤਾ ਤੇ ਘੱਟ ਹੁੰਦਾ ਐਤਕੀ ਬਾਜੀ ਵਿਹੜਾ ਜ਼ਿਆਦਾ ਕੀਤਾ ਹੈ ਉਹਨਾਂ ਮੇਰੇ ਕੋਲ ਅਸੀਂ ਬਸ਼ਰ ਘਰ ਚੱਲੇ ਜੇ ਰੋਟੀ ਖਾ ਲਓ ਤੇ ਅਸੀਂ ਦੋ ਤਰ੍ਹਾਂ ਘੱਟੇ ਚਲਾ ਠੀਕ ਹੈ ਛੱਤੇ ਚੜ ਕੇ ਚਾਰ ਪੈ ਡਾਕ ਮੈਨੂੰ ਤੇ ਇਕਦਮ ਨਾ ਛੱਟਾ ਪਿਆ ਮੈਨੂੰ ਹਰ ਸ਼ਰਟ ਨਾ ਕੰਮ ਵਾਲੀ ਨੂੰ ਹਾਇਆ ਸੰਦੀ ਬਾਜੀ ਪਈਆਂ ਅਜੇ ਤੇ ਬਰੀਕ ਤੱਖਾਂ ਨੇ ਤੇ ਚਿੱਟੀਆਂ ਨੇ ਪਤਾ ਕਿ ਪਸੀਨੇ ਚ ਜਦੋਂ ਕਿਚਨ ਚ ਕੰਮ ਕਰੋ ਨਾ ਤੇ ਪਸੀਨੇ ਨਾ ਭੱਜ ਜਾ ਪੈ ਜਾਂਦੇ ਕੱਲ ਦੇ ਮੌਸਮ ਅੱਛਾ ਸੀ ਤੇ ਜਦੋਂ ਫਾਇਦਾ ਆਈ ਹੈ ਨਾ ਤੇ ਮੈਂ ਕਿ ਚਲ ਮੈਂ ਆਉਣ ਤੋਂ ਪਹਿਲਾਂ ਨਾ ਪਲਾਉ ਬਣਾ ਲਾ ਸਾਰੇ ਵਾਲ ਚਿੱਟੇ ਹੋ ਗਏ ਕਾਲੇ ਵਿੱਚ ਨਹੀਂ ਜੇ ਤਾਂ ਸਾਡਾ ਨਹੀਂ ਲਾਈ ਸੀ ਜਦੋਂ ਮੈਂ ਗਈ ਹਾਂ ਨਾ ਸਾਡਾ ਤੇ ਫਾਤਮਾ ਦੇ ਭਾਬੀ ਵੀ ਲਾਉਂਦੇ ਨੇ ਨਹੀਂ ਬੱਚੇ ਨੂੰ ਲਾਇਆ ਹੁਣ ਬੱਚੇ ਨੇ ਕਿਤੇ ਜਾਣਾ ਚਿੱਟੀ ਹੋ ਗਈ ਨਾ ਸਾਰੀ ਉਹਨਾਂ ਨੇ ਆਪਣਾ ਆਪ ਸਹੀ ਰੱਖਣਾ ਬੇਗਮ ਉਹਨਾਂ ਦੀ ਬੁੱਢੀ ਹੋਈ ਬੇਗਮ ਵਿਚਾਰੀ ਦਾ ਜਿਸਮ ਜੋ ਮੇਰੇ ਨੂੰ ਫੁੱਲ ਕੇ ਏਡਾ ਹੋ ਜਾਂਦਾ ਉਹ ਜਿਹਨੇ ਉਹ ਜਿੱਲੀ ਰੱਜ ਕੇ ਇੰਨੇ ਵਿਹਲੀ ਅੰਜ ਮੁੱਟੀ ਹੋ ਜਾਣਾ ਸਭ ਅੱਜ ਦੀ ਰੱਜ
ਜਿਹੜਾ ਨਸ ਵੱਜ ਕੇ ਕੰਮ ਕਰੇ ਨਾ ਉਹਦਾ ਨਹੀਂ ਬੱਜ ਸਕਦਾ। ਜੁਆ ਨੀ ਕੱਢਦੀ ਇਹੀਆਂ ਜੁਆ ਮੈਂ ਤੇਰੀ ਕੁੜੀ ਦੇ ਸਿਰ ਚ ਕੱਢੀਆਂ ਬਥੇਰੀਆਂ ਨੇ ਕਿਉਂਕਿ ਉਹ ਮਾਸ਼ਾਅੱਲਾ ਕੱਲੀ ਜਾਂ ਵੈਸੇ ਇਹਨਾਂ ਦੀ ਹੁਣ ਕਰਦੀ ਸੁਕਾਮ ਬੜਾ ਸੋਹਣਾ ਘਰ ਨੇ ਸਾਫ ਰੱਖਿਆ ਬਸ ਬਸ਼ਰ ਘਰ ਵੱਲ ਜਾ ਕੇ ਮੇਰਾ ਤੇ ਬੜਾ ਦਿਲ ਖੁਸ਼ ਹੋਇਆ ਸਭਾ ਨੇ ਬੜੀ ਤਰਬੀਅਤ ਬੱਚੀਆਂ ਦੀ ਸਹੀ ਕੀਤੀ ਹੈ ਬਿਲਕੁਲ ਸਹੀ ਆਂਦੇ ਇੱਕ ਜਣੀ ਹਾਂਡੀ ਵੀ ਬਣਾਉਂਦੀ ਸਹੀ ਇੱਕ ਆਟਾ ਗੁੰਦੀ ਦੂਸਰੀ ਆਟਾ ਗੁੰਦੀ ਹੈ ਤੇ ਇੱਕ ਜਣੀ ਬਰਤਨ ਧੋਂਦੀ ਹੈ ਤੇ ਇੱਕ ਦਿਨ ਇੱਕ ਜਣੀ ਸਫਾਈਆਂ ਕਰਦੀ ਹੈ ਭਾਜੀ ਦੱਸ ਰੋਲੀਆਂ ਵੀ ਫੇਰਦੀਆਂ ਐਂ ਜੀ ਘਰ ਸਾਫ ਰੱਖਦੀਆਂ ਸਹੀ ਆਂਦੇ ਮਸ਼ੀਨ ਲਾ ਕੇ ਕੱਪੜੇ ਵੀ ਨੂਰੇ ਸਹਿਰ ਧੋਂਦੀ ਸਾਰੇ ਸਹੀ ਜ਼ਿੰਮੇਦਾਰ ਉਹਨੂੰ ਬਣਾਇਆ ਸਭ ਕੁਝ ਸਹੀ ਐਂ ਜੀ ਤੇ ਐਂ ਜੀ ਹੋਣਾ ਚਾਹੀਦਾ ਜੀ ਥੋੜਾ ਥੋੜਾ ਲਾ ਕਰਕੇ ਲਾਓ ਨਾ ਮੇਰੀ ਆਸ਼ਾ 10 ਸਾਲਾਂ ਦੀ ਸੀ ਜਦੋਂ ਮੈਂ ਉਹਨੂੰ ਕੰਮ ਤੇ ਲਾਇਆ ਕਿਉਂਕਿ ਨਾ ਇਹ ਮੇਰੀ ਚਾਚੀ ਸੱਸ ਦੀਆਂ ਕੁੜੀਆਂ ਹਨਾ ਉਹਨਾਂ ਨਾਲ ਨਾ ਇੱਕ ਵਾਰਾਂ ਗਈ ਇੱਧਰ ਪੈਲੀਆਂ 'ਚ ਫਿਰਾਂ ਤੇ ਤੇ ਇਹਨੇ ਸ਼ਾਮ ਪਾ ਘਰ ਆਏ ਫਿਰ ਮੈਨੂੰ ਕਿਸੇ ਸਿਆਣੇ ਆਖਿਆ ਜੇ ਇਹਨੂੰ ਘਰੋਂ ਬਾਹਰ ਨਹੀਂ ਨਾ ਕੱਢਣਾ ਇਹਨੂੰ ਇੰਝ ਕਰਿਆ ਕਿ ਇਹਨੂੰ ਪਾਣੀ ਫਿਰ ਮੈਂ ਅੰਦਰ ਜਾ ਕੇ ਉਹਨੂੰ ਮੂੰਹ ਜਾ ਕੇ ਨਾ ਪੀਣਾ ਪਿਲਾ ਪਾਣੀ ਸੱਸ ਮੰਗ ਕੇ ਤੇ ਜਾ ਸਵਾਈ ਪਾ ਲੇਕਿਨ ਪਾਣੀ ਇਹ ਜਿਹੜੇ ਪਾਸੇ ਨਾ ਲੱਗਦੀ ਹੈ ਲੱਗ ਜਾਂਦੀ ਹੁੰਦੀ ਆਪਣੇ ਆਪ ਨਹੀਂ ਸੀ ਕੰਮ ਕਰਦੀ ਆਉਂਦਿਆਂ ਤੱਕ ਆਖਿਰ ਜੇ ਹੀ ਲੱਗੀ ਕਰਨ ਘਰੋਂ ਨਹੀਂ ਨਿਕਲੀ ਮੇਰੀ ਇੱਕ ਵਾਰੀ ਐਂ ਜੀ ਸ਼ਿਕਾਇਤ ਦਾ ਮੌਕਾ ਦਿੱਤਾ ਉਹ ਵੀ ਇਹਨਾਂ ਨੇ ਨਾ ਵਰਗ ਲਾ ਕੇ ਲੈ ਗਈ ਨਾ ਡਰਦੀ ਮੇਰੇ ਕੋਲ ਸ਼ੁਰੂ ਤੋਂ ਮੈਂ ਆਖਿਆ ਆਓ ਚੱਲੀ ਬਾਹਰ ਪੈਣੀ ਨਹੀਂ ਕਹਿੰਦੇ ਅਤੇ ਆਂਦੀ ਵੀ ਮੰਮੀ ਮਾਰੇਗੀ ਨਹੀਂ ਇਹਨੇ ਅਸੀਂ ਬਾਜੀ ਨਾਲ ਗੱਲ ਕਰ ਲਵਾਂਗੇ ਤੇ ਨਹੀਂ ਮਾਰੇਗੀ ਤੇ ਚੱਲ ਮੈਂ ਫੜ ਤਾਂ ਲਈ ਚੁੱਕੀ ਉਹਨੇ ਮੈਂ ਮਾਰੀ ਨਾਲ ਡਰਾਇਆ ਸੀ ਅੱਛਾ ਮੈਂ ਕਿਹਾ ਅੱਜ ਤੋਂ ਬਾਅਦ ਮੈਨੂੰ ਕਹਿਣਾ ਨਾ ਪਿਆ ਜੇ ਮੈਨੂੰ ਕਹਿਣਾ ਪਿਆ ਨਾ ਤਾਂ ਮੈਂ ਤੈਨੂੰ ਆਸਾ ਮਾਰਾਂਗੀ ਕੰਬਣ ਲੱਗ ਪਿਆ ਵੀ ਨਹੀਂ ਅੰਮੀ ਟੈਂਕ ਦੀ ਮਾਫ ਕਰ ਦਿਉ ਅੱਗੋਂ ਨਹੀਂ ਜਾਵਾਂ ਵਾਕਈ ਨਹੀਂ ਸੀ ਤੇ ਉਹਨੇ ਸਾਰੀ ਜ਼ਿੰਦਗੀ ਦੋਸਤ ਨੇ ਬਣਾਈ ਰੱਖੀ ਅੱਛਾ ਜਦੋਂ ਪੜਾਉਣ ਲੱਗ ਪਈ ਨਾ ਟੀਚਰ ਉਦੋਂ ਹੀ ਨਸ਼ੇਲੀਆਂ ਆਪਣੀ ਕਲਾਸ ਵਾਲਾ ਬਤੂਨੀ ਤੇ ਬੜੀ ਜੇ ਹਾਂ ਪਰ ਕੋਲ ਬੈਠਿਆ ਨਾ ਬੰਦਾ ਬੋਰ ਨਹੀਂ ਹੁੰਦਾ ਲੱਗਦਾ ਹੁੰਦਾ ਸੀ ਮਿਸ ਨਹੀਂ ਚੁੱਪ ਗਈ ਤੇ ਮੇਰੇ ਨਾਲ ਜ਼ਬਾਨ ਜੂ ਘਟ ਨਹੀਂ ਨਹੀਂ ਮੇਰੇ ਨਾਲ ਤੇ ਆਪੀ ਬੜੀ ਹੈ ਵਿੱਚ ਸੇਲੀਆਂ ਦੇ ਵਿੱਚ ਲੱਗੀ ਜ਼ਬਾਨ ਹੋ ਗਿਆ ਤੇ ਬੜੀ ਤੇਜ਼ ਹੈ ਫਿਰ ਜੇ ਢੋਲਗੀ ਵਜਾਉਣ ਲੱਗੀ ਸਭਾ ਮੈਂ ਸਾਰੀ ਜ਼ਿੰਦਗੀ ਕਦੀ ਇਹ ਕੰਮ ਨਹੀਂ ਕੀਤਾ ਆਂਦੀ ਸੁਣ ਜਾਣੀ ਜਾਂ ਢੋਲਗੀ ਨਹੀਂ ਮੇਰੇ ਟੱਪੇ ਬੜੇ ਬੋਲਦੀ ਹੈ ਚਾਚੇ ਦੀ ਮੈਂ ਸੁਣਾ ਚਾਚੇ ਆਪਣੇ ਵਿਆਹ ਤੇ ਆਪ ਹੀ ਇਹ ਪੈ ਗਾਂਦੇ ਪਏ ਕਿਸੇ ਨੂੰ ਬੋਲਣ ਦੀ ਆਵਾਜ਼ ਵੀ ਸੋਹਣੀ ਹੈ ਨਾ ਭਾਜੀ ਜੀਨਾ ਦੱਸਦੇ ਨਾ ਵੀ ਨਾਥ ਪੜਦੀ ਤੇ ਆਵਾਜ਼ ਬੜੀ ਸੋਹਣੀ ਸੀ ਆ ਤੇ ਉਹ ਭਾਈ ਜੀ ਜੇ ਵਿਆਹ ਆਇਆ ਤੇ ਉਹ ਸੱਚੀ ਮੁੱਚ ਤਾਂ ਬੰਦਾ ਨੂੰ ਕੋਲ ਕਰਨੇ ਸੱਚੀ ਮੁੱਚ ਜੀ ਮਾਰ ਕਿੱਦਾਂ ਨਿਕਲਾ ਹੈ ਕਿੱਦਾਂ ਮੇਰੇ ਨਾਲ ਉਹ ਸੁੱਤੀਆਂ ਨਾ 3-4 ਬੱਚੀਆਂ ਉਹ ਚ ਐਡਿਟ ਜਿੰਦੇ ਵਾਲੀਆਂ ਜੁਆਂ ਨਹੀਂ ਉਹਨਾਂ ਦੀਆਂ ਆਉਂਦਾ ਉਹ ਜਿਹੜੀਆਂ ਆਸ਼ਾ ਜਾਂ ਨਹੀਂ ਸੱਚ ਜੁਆਂ ਉਹ ਜਿਹੜੀਆਂ ਨੇ ਖੁਸ਼ੀ ਫਾਤਮਾ ਖੁਸ਼ੀ ਨਾਲਾ ਕੇ ਵਾਲ ਇੰਨੇ ਭਾਰੇ ਨੇ ਵਾਲਣਾ ਇੰਨੇ ਕੁ ਖੁਸ਼ ਕੀਤੇ ਹਨ ਇੰਜ ਜਿਵੇਂ ਘਰ ਹੀ ਹੁੰਦਾ ਤੇਲ ਤੂਲ ਵੀ ਨਹੀਂ ਲੱਗਦਾ ਨਾ ਨਹੀਂ ਅਬੂ ਨੇ ਰੋਟੀ ਦਿੱਤੀ ਆ ਚਲੇ ਗਏ ਕੀ ਅੰਦਰ ਮੈਂ ਖਾਧੀ ਪਤਾ ਨਹੀਂ ਗੋਸ਼ਤ ਦੇ ਵਿੱਚ ਚਲੇ ਗਏ ਇੱਕ ਮੇਰੇ ਖਾਚ ਕੀ ਸੋ ਆਉਂਦਾ ਹੋ ਗਿਆ ਸਲਫੀ ਦਾ ਨਹੀਂ ਸਲਫੀ ਕੀ ਦਾ ਸਰਫੀ ਆਹ ਸਰਫ ਸਲਫੀ ਸਲਫੀ ਆ ਮੈਂ ਹੋਰ ਰੱਖ ਕੇ ਲਵਾਂ ਆਵਾਜ਼ ਆ ਰਹੀ ਹੈ ਇਸ ਵਜ੍ਹਾ ਸਰ ਨਹੀਂ ਕਿਚਨ ਮੇਂ ਰੱਖ ਕੇ ਲਗਾਤੀ ਫਿਰ ਵੀ ਆਏਗੀ ਨਾ ਸਾਊਂਡ ਆਤੀ ਹੈ ਨਾ ਫਿਰ ਹਮਾਰੀ ਬਾਤੋਂ ਕੀ ਆਵਾਜ਼ ਨਹੀਂ ਆਏਗੀ ਬਸ ਇਹ ਥੋੜੀ ਦੇਰ ਉਹ ਇਹ ਸੜੀ ਗੱਲ ਰਿਪੋਰਟ ਹੋ ਨਹੀਂ ਹਾਂਜੀ ਇਹ ਵੀ ਹਮਾਰਾ ਪਿੱਤਰ ਸੁਣ ਕੇ ਫਿਰ ਲੜੇਗਾ ਮਾਮਾ ਜੀ ਜੀ ਕੀ ਹੋ ਗਿਆ ਜੀ ਜੀ ਕੰਮ ਕਰੀ ਜੀ ਐਸੇ ਬਣੇ ਨਾ ਫੋਨ ਤੇ ਕਰੇਗਾ ਆਹ ਕੁਝ ਖਾਣੇ ਕੋ ਦੇ ਕੀ ਖਾਣਾ ਦੇ ਦੇ ਕੀ ਖਾ ਲੈਣਾ ਮੇਰੇ ਬੇਟੇ ਨੇ ਕੀ ਖਾਣਾ ਮੈਂਗੋ
ਅਮਰੂਦਾਂ ਦਾ ਤਾਂ ਨਹੀਂ ਜ਼ਾਇਕਾ ਬੜੀ ਵਾਸ ਹੁੰਦਾ ਹੀ ਭਾਈ ਮੋਟਰ ਕੱਲ ਕੱਲ ਬੈਰਲ ਹੋਏ ਨਾ ਤਾਜ਼ਾ ਖੜਨੇ ਦੀ ਵਾਸ ਬੜੀ ਯਾਰ ਕੀ ਹੋਇਆ ਸਭ ਬਾਜੀ ਕਹਿੰਦੀ ਨਹੀਂ ਇੱਥੇ ਕੁਛ ਕੀ ਬੜੀ ਕੀ ਕਮਰ ਵਿੱਚ ਦਰਦ ਹੋ ਰਿਹਾ ਨਹੀਂ ਬਾਜੀ ਪਸੀਨਾ ਬਹੁਤ ਆਉਂਦਾ ਪਿਆ ਮੇਰੀ ਵੀ ਚੋਣੀ ਆ ਤੁਹਾਨੂੰ ਤਾਂ ਦੱਸ ਤੇ ਕੋਲੋ ਤਾਂ ਸੋ ਤੋ ਨਾਨ ਮੈਨਾਂ ਜ਼ਿਆਦਾ ਹੁੰਦਾ ਆਓ ਫੇਰ ਬਰਾਮਦੇ ਦਾ ਪੱਖਾ ਭੈਣ ਲਾ ਛੜਾ ਇਸ ਕੀ ਦੋਨੋਂ ਕੀ ਸ਼ਰਟ ਨਹੀਂ ਸ਼ਰਟਸ ਹੈ ਇਨਕੀ ਸ਼ਰਟਸ ਤੋ ਬਹੁਤ ਜ਼ਿਆਦਾ ਹੈ ਜ਼ਹਿਰ ਕੋ ਤੋ ਬਿਲਕੁਲ ਨਹੀਂ ਹੈ ਪਤਾ ਅੱਛਾ ਕਿ ਰੇਦੀ ਨਹੀਂ ਆਂਦੀ ਜੀ ਤੁਹਾਡੇ ਸੱਚ ਬੜੀਆਂ ਜੀ ਹਾਂ ਸਹੀ ਇੱਕ ਦਿਨ ਨਾ ਮੇਰੀ ਤੇ ਵੀ ਹੈ ਨਾ ਸਹੀ ਇੱਕ ਦਿਨ ਲਾਈਟ ਚਲੀ ਗਈ ਬਾਜੀ 3 ਘੰਟੇ ਵਾਸਤੇ ਸਾਡੀ ਉਸ ਨਾ ਅਗਲੇ ਦਿਨ ਨਾ ਪਤਾ ਲਾਈਟ ਚਲੀ ਜੇ ਪਾਣੀ ਵੀ ਨਹੀਂ ਤੇ ਪੰਖਾ ਵੀ ਨਹੀਂ ਤੇ ਸਫਾਈ ਸਫੂਈ ਵੀ ਨਾ ਹੋਈ ਨਾ ਬਰਤਨ ਧੋਤੇ ਉਸ ਤੋਂ ਅਗਲੇ 12 ਤੇ 12 24 ਦੀ 8 ਪੈਰ ਵੀ ਨਹੀਂ ਹਾਂ ਇਹ 2.5 ਦਿਨਾਂ ਨਹੀਂ ਹਾਂ ਅੱਛਾ ਫਿਰ ਨਹੀਂ ਪੂਰੇ ਦਿਨ ਲੈ ਕੇ ਆ ਇੱਕ ਰਾਤ ਇੱਕ ਦਿਨ ਤੇ ਫਿਰ ਦੂਸਰੇ ਦਿਨ ਲਈ ਮੇਰੀ ਅਗਲੇ ਦਿਨ ਤਬੀਅਤ ਖਰਾਬ ਹੋ ਗਈ ਇਹਨਾਂ ਨੇ ਰੱਜ ਕੇ ਤਿੰਨਾਂ ਨੇ ਇੰਨਾ ਖਲਾਰਾ ਕਿਚਨ 'ਚ ਅੱਛਾ ਬਾਹਰ ਪੈਰ ਰੱਖਣ ਨੂੰ ਜਗ੍ਹਾ ਨਾ ਇਹਨਾਂ ਨੇ ਮੈਨੂੰ ਕਿਹਾ ਕਿ ਵੀਡੀਓ ਬਣਾਉਣੀ ਹੈ ਨਾ ਐਂਜੀ ਇਹਨਾਂ ਦੀ ਗੰਦ ਦੀ ਮੈਂ ਕਿਹਾ ਨਹੀਂ ਯਾਰ ਉਹ ਆਖਣਗੇ ਕਿੱਡੀ ਗੰਦੀ ਮਾਂ ਹੈ ਪਤਾ ਮੈਂ ਰੋਜ਼ ਦੇ ਰੋਜ਼ ਸਫਾਈ ਕਰਨੀ ਹੈ ਲੇਕਿਨ 2 ਦਿਨ ਸਫਾਈ ਨਾ ਉਸ ਦਿਨ ਹੋਈ ਓਏ ਹੋਏ ਘਰ ਦੀ ਹਰ ਚੀਜ਼ ਉਹ ਵੀਡੀਓ ਬਣਾ ਕੇ ਚੜਾਈ ਤੇ ਇੱਕ ਉਹਨੇ ਅੰਗਰੇਜ਼ੀ ਨੇ ਕਿਹਾ ਤਾਂ ਹੀ ਤੁਹਾਡੇ ਸਿਰ 'ਚ ਜਵਾਨੀ ਹੋ ਗਈ ਘਰ ਗੰਦਾ ਬਲਾ ਮੈਨੂੰ ਨਾ ਹਸਾਇਆ ਮੈਂ ਕਿਹਾ ਲੈ ਪਕੜੇ ਨਿਕਲੀ ਉਹ ਇੱਕ ਪਿੱਦਾ ਨਿਕਲਿਆ ਮੋਟਾ ਮੋਟਾ ਪਿੱਦਾ ਜੈਨੀ ਇਨਕੀ ਸ਼ਰਟਸ ਉਤਰਵਾ ਲੈਣਾ ਨਹੀਂ ਸ਼ਰਟਸ ਹੈ ਇਨਕੀ ਕਿੰਨੇ ਮਿੰਟ ਦੀ ਹੋ ਗਈ ਆ 14 ਮਿੰਟ 15 ਇਨਫ ਜੈਨੀ ਇਧਰ ਆਓ ਆ ਕੇ ਸਿੱਖੋ ਅਗਲੀ ਵੀਡੀਓ ਆਪਨੇ ਬਣਾਣੀ ਹੈ ਅੱਧੇ ਘੰਟੇ ਇਧਰ ਆਓ ਦੇਖੋ ਮੈਂ ਕਿਹਾ ਸਰ ਨੂੰ 15 ਮਿੰਟ ਪਾਪਾ ਹੈਲੋ ਕੀ ਦੇਖਣਾ ਜੁਵੇਂ ਨਹੀਂ ਕਾਲੀ ਕਿਤੇ ਬੜੀ ਅੱਛੀ ਆਤੀ ਹੈ ਨਹੀਂ ਨਹੀਂ ਵੀਡੀਓ ਕੈਸੇ ਬਣਾਣੀ ਹੈ ਖੈਰ ਤੇ ਵੀਡੀਓ ਮੈਂ ਬਣਾਣੀ ਹੈ ਹਾਂ ਜੈਨੀ ਇਸ ਕੀ ਸ਼ਰਟ ਨਹੀਂ ਹੈ ਤੇ ਦਾਗ ਵੀ ਨਹੀਂ ਉਤਰਨਾ ਹਾਂ ਇੱਕ ਨਹੀਂ ਇਹ ਖਰਾਬ ਕਰ ਦੇਗਾ ਇਸ ਕੋ ਤਾਂ ਅਕਲ ਹੀ ਨਹੀਂ ਹੈ ਸ਼ਰਟ ਖੋਲ ਦੋ ਪਹਿਲੇ ਇਸ ਕੋ ਸ਼ਰਟ ਖੋਲ ਦੋ ਫਿਰ ਮੈਨੂੰ ਕੱਪੜੇ ਫਿਰ ਚੇਂਜ ਕਰਾਣੇ ਪੜਨੇ ਹੈ ਮੈਂ ਕਿਹਾ ਹੈ ਨਾ ਉਸ ਕੋ ਨਹੀਂ ਪਤਾ ਚਲਤਾ ਅਗਦਰ ਪੱਕਾ ਲਾ ਗਿਆ ਵਾਲ ਪਾ ਲਾ ਫਿਰ ਮੇਰੇ ਨੇ ਸਿਰ ਦੇ ਵਿੱਚ ਇਹਦੇ ਇੱਥੇ ਮੋਕੇ ਹੋਏ ਮੋਕੇ ਨਹੀਂ ਖੁਸ਼ਕੀ ਜੇ ਨਹੀਂ ਮੋਕੇ ਵੀ ਹੈ ਦੋ ਤਿੰਨ ਕੱਟੇ ਦਿਮਾਗ ਦੇ ਵਿੱਚ ਹਲਕਾ ਸਾਰਾ ਝੁੰਕਾ ਹਵਾ ਦਾ ਆਇਆ ਮਜ਼ਾ ਆਇਆ ਅੱਛਾ ਪਹਿਲੇ ਵਕਤ ਹੁੰਦਾ ਸੀ ਹੈਡ ਐਂਡ ਸ਼ੋਲਡਰ ਸਿਰ 'ਚ ਲਾਈਦਾ ਸੀ ਤੇ ਖੁਸ਼ਕੀ ਚਲੀ ਜਾਂਦੀ ਸੀ ਹੁਣ ਐਸਾ ਟੀਟ ਹੈਡ ਐਂਡ ਸ਼ੋਲਡਰ ਹੈ ਤੇ ਵਾਕਈ ਬੜਾ ਰਾਸ ਹੁੰਦਾ ਸੀ ਪਹਿਲਾਂ ਹੁਣ ਤੂੰ ਹੀ ਆ ਇਹ ਤੁਹਾਡੇ ਸਿਰ 'ਚ ਐ ਸਾਰੀ ਜਗ੍ਹਾ ਤੇ ਐ ਸਾਰੀ ਜਗ੍ਹਾ ਇਹ ਹੈ ਇੰਨਾ ਬੜਾ ਹਲੇ ਲਾ ਕੇ ਤੋਤਾ ਇੰਨਾ ਬੜਾ ਨਹੀਂ ਸੀ ਨਾ ਲਾ ਬਾਰ ਜੋ ਪਤਾ ਕਿ ਉਹ ਪਸੀਨਾ ਹੁੰਦਾ ਨਾ ਤੇ ਜੁੜੇ ਜੁੜੇ ਹੋਏ ਹੁੰਦੇ ਇਹ ਦੇਖੋ ਇਨਕੇ ਸਵੇਰ ਦਾ ਲਾਇਆ ਹੈ ਕਿ ਸਾਫ ਨਹੀਂ ਅੰਦਰ ਉਹ ਸਿੱਕੜ ਆਮਲੇ ਦੇ ਥੋੜਾ ਤੇਲ ਬਣਾਣੀ ਹੈ ਪਰ ਪੁੱਛਾਂਦਾ ਉਹਦੇ ਨਾਲ ਵਾਲ ਵੱਧਦੇ ਬੜੇ ਪੁੱਛੋ ਬੜੇ ਮੁਲਾਇਮ ਹੁੰਦੇ ਤੇ ਵੱਧਦੇ ਵੀ ਜ਼ਿਆਦਾ ਆਸ਼ਾ ਤੇ ਵਾਲ ਲਾਤੇ ਹਨ ਤੇ ਉਹਨੂੰ ਬਣਾ ਕੇ ਲੈ ਆ ਨਾ ਅੰਸੀ ਹਲੇ ਵੀ ਅੱਧੀ ਬੋਤਲ ਤੋਂ ਜ਼ਿਆਦਾ ਹੁਣ ਲੈਣ ਨੂੰ ਟਾਈਮ ਹੀ ਨਹੀਂ ਮਿਲਦਾ ਹੁਣ ਹਾਂ ਬਾਲਾਂ 'ਚ ਬਾਲਾਂ ਦੀਆਂ ਮਾਵਾਂ ਨਹੀਂ ਮਿਲਦਾ ਕਰਕੇ ਫੋਲਡ ਕਰਕੇ ਉਹ ਵਾਲਾ ਕਹਿ ਰਹੇ ਹਾਂ ਜੋ ਨੀਚੇ ਕੀ ਤਰ੍ਹਾਂ ਜ਼ਿਆਦਾ ਝੁਕਾਓ ਹੁੰਦਾ ਤੇ ਤੋਂ ਮੈਨੇ ਕੀ ਹੈ ਨਾ ਉੱਚਾ ਸਾ ਇੱਕ ਤੇ ਕਰਦੇ ਇੱਕ ਜੋ ਨੀਚੇ ਕੀ ਤਰ੍ਹਾਂ ਫਰਕ ਹੈ ਬਾਜੀ ਜਵਾਲ ਲੰਬੇ ਹੋਏ ਜਿੱਦਾਂ ਡੇਗੀ ਨਾ
ਇਹਨਾਂ ਦੇ ਜਿੰਨੇ ਵਾਲ ਵੱਧ ਕਰਦੇ ਪੁੱਟੋ ਇਹਨਾਂ ਨੂੰ ਉਹਨਾਂ ਮਜ਼ਾ ਆਉਂਦਾ ਮਗਾ ਹੁੰਦਾ ਜੀ ਹਾਂਜੀ ਗੁੱਤ ਕਰਨੀ ਗੁੱਤ ਕਰਕੇ ਤੇ ਪੋਨੀ ਪਾ ਫਿਰ ਮੈਂ ਕਹਿ ਚੱਲਾਂ ਆਓ ਆਓ ਮੈਂ ਟੁੱਟੀ ਖੋਲ ਦੇਣਾ ਆਓ ਜੈਨੀ ਜੇ ਪੋਨੀ ਕੋ ਉਹ ਤੇ ਬਾਥਰੂਮ ਚ ਓਕੇ ਹਸੀਨਾ ਇਧਰ 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 ਇਧਰ